वाहिगुरु जी का खालसा वाहिगुरु जी की फतेह। तुसी देख रहे हो दा पंजाब लाइव। सुखमनी साहब दे पाठ की बहुत महत्ता है। सुखमनी साहब पंजवें गुरु साहब की बाणी है अते गुरु साहब ने इस नूं सुखां दी बाणी कहा है। जिस किसी मनुख दे मन नूं शांति नहीं मिलदी, मन नूं सुख नहीं मिल रहा, जो कोई मनुख मुसीबतां दे विच घिरिया होया है, औकड़ां ने उसके मन नूं घेरा पाया होया है, किस तरीके दे दुख नाल जूझ रहा है जां किसी तरीके दी तंगी परेशानी दे नाल उस नूं सामना करना पै रहा है, जेकर वह मनुख सुखमनी साहब का पाठ संपूर्ण पाठ सच्चे मन नाल करता है तो उसके सारे दुखां दी निवृत्ति होगी, हरेक दुख तो उसनों छुटकारा मिलेगा। जिस किसी मुसीबत दे विच है, कुछ दिनों दे विच उस मुसीबत का हल जरूर हो जाता है। सुखमनी साहब के पावन पवित्र बाणी की जिस अष्टपदी की अज थोड़े नाल सांझ पाउण लगे हाँ, उस अष्टपदी का हर रोज़ पाठ करन दे नाल सतगुर सच्चे पातशाह जी अंग संग सहाई होंदे ने। जेकर किसी काम नूं करन दे विच मन नहीं करता जां कोई काम निपरे नहीं चढ़ता तां इस अष्टपदी का सच्चे मन नाल पाठ करन नाल हरेक काम निपरे चढ़ेगा, हरेक काम दे विच मन लगेगा। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਣਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰੂ ਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕਉ ਸਿਮਰਤ ਪਰਮਗਤ ਪਾਵੇ ਜਿਹ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਈ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਉ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾ ਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕਉ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵਹੁ ਤਿਸੇ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਤ ਜਿਹ ਪ੍ਰਸਾਦ ਤੇਰੀ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਜੋ ਕੋ ਨ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ ਜਿਣ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸ ਧਿਆਏ ਜੋ ਏਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰੇ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਣੇ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲਹੇ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪ੍ਰਮਗਤ ਪਾਵੇ ਜਿਹ ਪ੍ਰਸਾਦ ਸੁਖ ਸਹਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ ਗੁਰ ਪ੍ਰਸਾਦ ਨਾਨਕ ਮਨ ਜਾਗਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਣ ਮਨ ਸਦਾ ਹਜੂਰੈ ਜਿਹ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਾਪੇ ਜਪ ਸੋਏ ਆਪੇ ਜਪਾਏ ਜਪੇ ਸੋ ਨਾਉ ਆਪੇ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ
आप कछु ना किन्हो लाया, जित जित लावहु तित लगे हरनाथ, नानक इनके कछु ना हाथ। वाहिगुरु जी का खालसा, वाहिगुरु जी की फतेह।